ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਪ੍ਰਦੀਪ। ਅੱਜ ਅਸੀਂ ਜਿਸ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਜੀ, ਬਾਬਾ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਵਿਆਜਬੀ ਦਾ ਬਦਲਾ ਲੈਣ ਲਈ ਮੱਸੇ ਰੰਗੜ ਦਾ ਸਿਰ ਪੱਟਿਆ ਸੀ। ਮੁਗਲ ਹਕੂਮਤ ਨੇ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ। ਉਹਨਾਂ ਨੂੰ ਬਚਾਉਣ ਦੇ ਲਈ ਨੱਥੂ ਖਹਿਰਾ, ਉਹਨਾਂ ਦਾ ਇੱਕ ਬਹੁਤ ਪੱਕਾ ਦੋਸਤ, ਉਹਨੇ ਉਸ ਉਹਨਾਂ ਦੇ ਪਰਿਵਾਰ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ। ਉਹਨਾਂ ਨੂੰ ਆਪਣੇ ਘਰ ਵਿੱਚ ਲਿਆਂਦਾ ਐਂਡ ਕਿਸੇ ਮੁਖਬਰ ਦੀ ਮੁਖਬਰੀ ਤੋਂ ਬਾਅਦ ਉਹਨਾਂ ਦੇ ਘਰ 'ਤੇ ਛਾਪਾ ਪਿਆ। ਬਾਬਾ ਨੱਥੂ ਖਹਿਰਾ ਜੀ ਨੇ ਉਹਨਾਂ ਦੇ ਪਰਿਵਾਰ ਦੀ ਜਾਨ ਬਚਾਉਣ ਦੇ ਲਈ ਆਪਣੇ ਇੱਕ ਭਰਾ, ਬੇਟਾ ਅਤੇ ਭਤੀਜੇ ਦੀ ਸ਼ਹੀਦੀ ਦਿੱਤੀ। ਅਤੇ ਉਸ ਟਾਈਮ 'ਤੇ ਇੱਕ ਕਹਾਵਤ ਸ਼ੁਰੂ ਹੋਈ ਸੀ ਕਿ ਐਰਾ ਗੈਰਾ ਨਹੀਂ ਨੱਥੂ ਖਹਿਰਾ, ਕਿ ਕੋਈ ਵੀ ਨੱਥੂ ਖਹਿਰਾ ਵਰਗਾ ਦੋਸਤ ਨਹੀਂ ਹੋ ਸਕਦਾ, ਜਿਹੜੀ ਕਿ ਲੇਟਰ ਆਨ ਅਸੀਂ ਯੂਜ਼ ਕਰਨੀ ਸ਼ੁਰੂ ਕਰ ਦਿੱਤੀ, ਐਰਾ ਗੈਰਾ ਨੱਥੂ ਖਹਿਰਾ। ਐਕਚੁਅਲ ਦੇ ਵਿੱਚ ਇਹ ਸ਼ਬਦ ਉਹਨਾਂ ਲਈ ਵਰਤੇ ਗਿਆ ਸੀ ਕਿ ਕੋਈ ਵੀ ਬੰਦਾ ਆਮ ਐਰਾ ਗੈਰਾ ਨੱਥੂ ਖਹਿਰਾ ਨਹੀਂ ਹੋ ਸਕਦਾ। ਅਤੇ ਇਹ ਇੱਕ ਬੜੀ ਵੱਡੀ ਮਿੱਤਰਤਾ ਦੀ ਮਿਸਾਲ ਹੈ ਜੋ ਸਿੱਖ ਇਤਿਹਾਸ ਦੇ ਵਿੱਚ ਆਉਂਦੀ ਹੈ, ਜਿਹਨੇ ਸਿੱਖ ਇਤਿਹਾਸ ਨੂੰ ਅੱਗੇ ਆ ਕੇ ਹੋਰ ਵੀ ਬਦਲਿਆ। ਬਾਬਾ ਜੀ ਦੇ ਪੁੱਤਰ ਰਾਏ ਜੀ, ਰਾਏ ਸਿੰਘ ਜੀ ਨੂੰ ਬਚਾਇਆ ਗਿਆ ਅਤੇ ਇਸ ਤਰ੍ਹਾਂ ਬਾਬਾ ਜੀ ਦੀ ਅੰਤ ਸਮਾਨਸਾ ਅੱਗੇ ਤੋਂ ਅੱਗੇ ਚੱਲਦੀ ਰਹੀ ਹੈ। ਸੋ ਸਾਨੂੰ ਸਿਆਣਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਕਿ ਜੋ ਸ਼ਬਦ ਸਿਆਣੇ ਕਹਿ ਗਏ ਨੇ ਉਹ ਸਦਾ ਸੱਚ ਹੁੰਦੇ ਆ। ਕੈਰਾ ਗੈਰਾ ਨਹੀਂ ਨੱਥੂ ਖਹਿਰਾ। ਸੋ ਨੱਥੂ ਖਹਿਰਾ ਕਰਕੇ ਇਨਸਾਨ ਜਿਹੜੇ ਆ, ਇਹਨਾਂ ਦੀ ਦੋਸਤੀ ਸਦਾ ਦੁਨੀਆ 'ਤੇ ਜਿਉਂਦੀ ਰਹਿੰਦੀ ਹੈ।